इंद्रजीत सिंह ढोना कनेडा चन्नी खटड़े होना नाम चलता जो कहते कट्टा के लसांस बनते हैं तक टंट तो कहते बड़ा स्कूल है मेरे मित्रों सत श्री अकाल सारियां। अज आप पहुंचे हाँ सुबराह फतेहगढ़ तो अज तू ब्लॉग विखाने फर्स्ट तो जे तुम वधिया लगेगा तो लाइक कमेंट करियो जरूर। ਸਤਿਕਾਲ ਦੀ ਜਾਨ ਸਾਰਿਆਂ ਨੂੰ ਤੇ ਆਪਾਂ ਚੱਲੇ ਹੁਣ ਗਰਾਊਂਡ 'ਚ ਤੇ ਵੀਰ ਬਣੀ ਆ ਰਹੇ ਮਗਰ ਇੱਥੇ ਗਰਾਊਂਡ 'ਚ ਮਿਲਦੇ ਹੁਣ ਆਪਾਂ ਲੱਗ ਲੈਂਦੇ ਇੱਕ ਪਾਸੇ ਟੀਮ ਕਹਿੰਦੇ ਸੋਹਦਾ ਸਿੰਘ ਵਾਲੀ ਦੀ ਗੱਡੀ ਹੈ ਫਪਿਆਲ ਦਾ ਬਿੱਕੀ ਆ ਗਿਆ ਕੋਟਲੇ ਵਾਲਾ ਸ਼ੀਰਾ ਆ ਗਿਆ ਬੁਗਾਲ ਦਾ ਲੱਡੂ ਆ ਗਿਆ ਰਣ ਸਿੰਘ ਰਣੀਏ ਦਾ ਵੀਰ ਕਹਿੰਦੇ ਫਿਰ ਵੀ ਬੜਾ ਸੁੱਤੀ ਖੇਡ ਮੈਦਾਨ ਦੇ ਵਿੱਚ ਆ ਗਿਆ ਕੋਟਲੇ ਬੰਦੇ ਮਾਸਟਰ ਸੁਖਵੰਦਰ ਸਿੰਘ ਜੀ ਬਹੁਤ ਸਤਿਕਾਰਯੋਗ ਸ਼ਖੀਅਤ ਐਲਾਨ ਕਰਵਾ ਰਹੇ ਆ ਵੀ 2000 ਵਾਰੀ ਰਹੀ ਆ ਵੱਡੇ ਪ੍ਰਬੰਧ ਕਰੇ ਹੋਏ ਆ ਜਿਹਦਾ ਜਿਹਦਾ ਵੀਰਾਂ ਨੇ ਤਨ ਮਨ ਧਰ ਕਰਕੇ ਸਹਿਯੋਗ ਕਰਿਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਫਿਰ ਗੋਗੜੀ ਰਾਮ ਜੋਗੜੀ ਆਪਣੇ ਦਸਾਂ ਨੌਂ ਦੀ ਕਿਰਤ ਕਮਾਈ ਦੇ ਵਿੱਚੋਂ ਰਸਵੰਦ ਕਦੇ ਆ ਵੱਡੇ ਯੋਗਦਾਨ ਦਿੰਦੇ ਆ ਗਰਾਊਂਡ ਵੀ ਕਾਫੀ ਭਰੀ ਪਈ ਆ तीसरा मुकाबला खेल मैदान के अंदर शुरू हो गया है। पहली कबड्डी आ नौजवान ने नंगल अंबिया के नवा सोना लीग का ट्रैक्टर जीते है भीम दुबरी वाला और तकड़ा नंबर इस गलू ने अपनी कहते कबीर माण माजरे की धरती का खेल मैदान के कबड्डी पाने के लिए बाहर बने साचखंड वासी श्री मान संत बाबा तारा सिंह जी उन्होंने संप्रदायिक के मुखी श्री मान संत बाबा ढोला सिंह जी उन्होंने ढाई साल बड़ा आशीर्वाद मिलता करके बहुत धन्यवाद है बहुत धन्यवाद उसके बने बाबा सुखविंदर सिंह जी पदरी उन्हें भी बड़े आशीर्वाद पौधे किए आजाद कबड्डी क्लब न्यूजीलैंड आओ सत्ते जाति पंडा से थापिया मार दिया एक पास कहते काजू रड़ीके वाला लगा है ਬੱਬੂ ਝਰੇੜੀ ਲੱਗਾ ਹੈ ਤੇ ਨਾਲ ਕਹਿੰਦੇ ਵਿੜਵਾ ਪਿੰਡ ਹੈ ਹੁਣ ਧਿਆਨ ਸਿੰਘ ਧਿਆਨਾ ਲੱਗਾ ਹੈ ਆਹ ਚਾਰਾਂ ਦੇ ਵਿੱਚ ਚਾਰ ਬੱਲੇ ਬੱਲੇ ਕਰਵਾਵੇਗਾ ਚਰਚੇ ਭੀਰੇ ਵੇ ਨੇ ਉਹ ਪੈਂਦੀ ਰੋਡ ਹੱਟਾ ਤੇ ਥਾਪੀਆਂ ਫਤਿਹਗੜ੍ਹ ਸਭਾ ਦਾ ਵੱਡਾ ਮੇਲਾ ਅਯਾਨ ਕਬੱਡੀ ਕਲੱਬ ਨਿਊਜ਼ੀਲੈਂਡ ਦੀ ਟੀਮ ਦਾ ਆਹ ਧਿਆਨਾ ਵਿੜਵੇ ਵਾਲਾ ਕੋਸ਼ਿਸ਼ ਕਰ ਰਿਹਾ ਭਾਈ ਜੀ ਮਲਿੰਗੇ ਵਰਗੇ ਆਏ ਹੋਏ ਆ ਆਹ ਮਲਿੰਗੇ ਦੇ ਵੀ ਚਰਚੇ ਆ ਰਵਿੰਦਰ ਕੋਚ ਆਇਆ ਹੋਇਆ ਖੇੜੀ ਵਾਲਾ ਸਾਡਾ ਭਰਾ ਇਸਲੇ ਬਣੇ ਪਾਣੀਪਤ ਹਰਿਆਣਾ ਚੋਟੀ ਦੀਆਂ ਟੀਮਾਂ ਸਨੇਹ ਦਾ ਮੁਕਾਬਲਾ ਟੱਕਰ ਸਿਰ ਦੀ ਤਾਂ ਫੱਗੀ ਪਿਆਰ ਹੁਣ ਕਬੱਡੀ ਦੇ ਮੈਦਾਨ ਦੇ ਵਿੱਚ ਕਹਿੰਦੇ ਫੇਰ ਦੇ ਮੈਦਾਨ ਦੇ ਅੰਦਰ ਰਕੇ ਗੁਰਸੇਵਕ ਕਨੇਡਾ ਤੇ ਰਾਜਵਿੰਦਰ ਕਨੇਡਾ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਮਿਲਖਾ ਸਿੰਘ ਦੀ ਸਰਪੰਚ ਗੱਟਾ ਬਾਸ਼ਾ ਮੇਰੇ ਬੰਦੇ ਸਰਦਾਰ ਗੁਰਬਖਸ਼ ਸਿੰਘ ਦੀ ਕੈਰੋ ਸਾਹਿਬ ਉੱਚੇ ਤੇ ਬਾਪੇ ਜੋੜੀਆ ਸਾਹਿਬ ਦੇ ਨਾਲ ਭੱਜੇ ਹੋਏ ਸਰਦਾਰ ਹਰਿੰਦਰ ਸਿੰਘ ਦੀ ਹਾਂ ਜੋੜੀਆ ਸਾਹਿਬ ਆਏ ਹੋਏ ਆ ਕੈਮਰਾਮੈਨ ਸਟੇਜ ਦੇ ਖਲੇ ਆ ਜਾਵੇ ਪੰਜਾਬ ਲਾਈਵ ਨੰਬਰ 1 ਦਾ ਕੈਮਰਾਮੈਨ ਆ ਕੈਰੋ ਵਾਲੇ ਗੋਪੀ ਜੀ ਰੋਡ ਤੇ ਵੱਡੇ ਭਾਈ ਚੱਕ ਮਾਰ ਤੇ ਕਾਰ ਗੱਲ ਮੰਨੋ ਸਾਹਮਣੇ ਕੈਰੋ ਵਾਲੇ ਗੋਪੀ ਵੀ ਵੱਡੀ ਪੈ ਰਹੀ ਆ ਇਹਦੇ ਵੀ ਚਰਚੇ ਫੱਟੇਗਾ ਦੁਨੀਆ ਦੇ ਵਿੱਚ ਆਓ ਸਾਹਮਣੇ ਹਰਿਆਣੇ ਵਾਲਾ ਆ ਪੰਜਾਬ ਵਾਲਾ ਸਾਨੂੰ ਵੀ ਪ੍ਰਾਪਤ ਕੀਤਾ ਉਮਰ ਵੀ ਵੱਡੀ ਆ ਸਾਡੀ ਖੇਡ ਵੱਡਾ ਜੁੜਿਆ
ਕਬੱਡੀ ਦਾ ਹਰਪ੍ਰੀਤ ਗਿੱਲ ਅੰਗਰੇਜ਼ ਗਿੱਲ ਉਹਨਾਂ ਵੱਲੋਂ 40,000 ਦੇ ਯੋਗਦਾਨ ਵੱਡੇ ਬਾਈ ਕਹਿਣ ਵਾਲਾ ਗੋਪੀ ਆ ਗਿਆ ਦੇ ਕਰਦੇ ਮੁੰਡੇ ਦੀ ਗੱਲ ਦਰਦ ਸੁਪਰੇਮ ਜੀ ਕਿਸਾਨ ਜੀ ਕੋਈ ਜੀ ਕਰਦੀ ਹਰਿਆਣੇ ਵਾਲੇ ਮੁੰਡਿਆਂ ਦੇ ਕੋਲ ਆਓ ਸਾਹਮਣੇ ਗੁਰਪ੍ਰੀਤ ਸਿੰਘ ਗੋਪੀ ਐਰੋ ਵਾਲਾ ਐਰੋ ਵਾਲੇ ਭਰਾਵਾਂ ਦੇ ਜਾਲ ਦੀ ਵੀ ਚਰਚਾ ਦੁਨੀਆ 'ਚ ਉਹ ਵੀ ਬਾਈ ਪੁੱਜੇ ਹੋਏ ਆ ਐਨ ਕਹਿੰਦੇ ਮਰਦ ਜ਼ੋਰਾ ਮਰ ਗਿਆ ਮਰੀ ਉਹਦੇ ਸਟਾਰ ਉਹਦੇ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਨੰਬਰਦਾਰ ਫੱਤੇ ਵਾਲਾ ਵੱਡਾ ਧਾਰਨ ਕਰ ਰਿਹਾ 11,000 ਦੇ ਸਹਿਯੋਗ ਹੈ ਦੁਗਲੀ ਵਾਲਾ ਖੜਨਾ ਔਖਾ ਹੈ ਆਓ ਦੁਗਲੀ ਵਾਲਾ ਡੱਕਣਾ ਔਖਾ ਹੈ ਇਹ ਧੀਰੇ ਗਿੱਲ ਦੇ ਪਿੰਡਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਟੀਮ ਫਿਰਾਂ ਦੇ ਮੈਦਾਨ ਦੇ ਵੱਲ ਪੁੱਜ ਜਾਵੇਗੀ ਫਿਰ ਅਸੀਂ ਸੈਮੀ ਦੀਆਂ ਟਾਈਆਂ ਪਾਵਾਂਗੇ ਜਿਹੜੀਆਂ ਟੀਮਾਂ ਦੇ ਬੋਲ ਵੱਡੇ ਬਾਈ ਦੇ ਅਗਲੇ ਮੁਕਾਬਲੇ ਲਈ ਦੋਨੋਂ ਟੀਮਾਂ ਬਾਹਰਲੇ ਪਾਸੇ ਆਪਣੀ ਤਿਆਰੀ ਰੱਖਣਗੀਆਂ ਲਓ ਸਾਹਮਣੇ ਖੇਡ ਦੇ ਮੈਦਾਨ ਤੇ गोपी की कबड्डी पैगी खेल महाराज भी देखिए कैमरे वाले वीर हो रहा है साडे कैमरे वाले वीर बेनती है जरूर पहुंचे मैच पहला मैच जीत गया ते सेकंड मैच की तैयारी हो रही है
धन्यवाद। ਸਤਿ ਸ਼੍ਰੀ ਅਕਾਲ ਜੀ, ਤਾਂ ਆਪਾਂ ਚੱਲੇ ਹਾਂ ਮੈਚ 'ਤੇ। ਨਵਾਂ ਮੈਚ ਹੋ ਗਿਆ ਸਟਾਰਟ, ਆਇਓ ਤੁਹਾਨੂੰ ਦਿਖਾਉਂਦੀਆਂ, ਜੁੜੇ ਰਹੋ। ਆਪਣੇ ਭਰਾਵਾਂ ਨਾਲ ਪਹੁੰਚੇ ਜਿਹਨਾਂ ਨੇ 10,000 ਰੁਪਏ ਦੇ ਨਾਲ ਫੱਟੇ ਮਾਨਸਾ ਦੇ ਰਹੇ ਆ। ਮੈਂ ਕਹਿ ਕਰਦਾ ਤਾਂ ਬਾਤ ਕਰਾਂਗੇ ਇਸ ਤਰ੍ਹਾਂ। ਮਾੜਾ ਮੋਟਾ ਨੇੜਾ ਕਿੰਨਾ ਤਾਂ ਚੱਲ ਨਹੀਂ ਜਾਂਦਾ ਕੋਚ ਸਾਹਿਬ। ਪਾਸੇ ਦੇ ਫੇਰ ਕਬੱਡੀ ਮਾਮਲੇ ਦੀ ਬੰਦ ਹੋਇਆ ਹੈ। ਚਾਰ ਕਫੀ ਬੰਦੇ ਤਿਆਰ ਤੋਂ ਤਿਆਰ।
सिंह जी और उन्होंने समुची टीम उन्होंने क्लब वालों संगत वालों जी आया भाजी जोड़ा साहब किधर चल पे एक मिनट रुके एक मिनट सो एस एच ओ साहब से उन्होंने समुची Yeah.
ਟੀਮ ਦਾ ਵੱਡਾ ਬੱਲ ਆਹ ਕਬੱਡੀ ਮਾਰਿਆ ਕਹਿੰਦੇ ਦੁਗਲੀ ਵਾਲਾ ਭੀਮ ਇੱਕ ਸਿਰੇ ਦਾ ਨੰਬਰ Yeah.
ਠੀਕ ਹੈ।